ਸਾਡੇ ਜਿਹੜੇ ਏ ਪੀ ਆਈ ਪਾਰਟੀ ਦੇ ਜਿਹੜੇ ਕੈਂਡੀਡੇਟ ਹਨ ਕੁਲਦੀਪ ਕੌਰ ਜੀ ਅਤੇ ਤੁਸੀਂ ਅੱਜ ਤੁਸੀਂ ਦੱਸੋ ਸਾਨੂੰ ਇਸ ਪਾਰਟੀ ਦੇ ਮਤਲਬ ਇਕੱਠੇ ਹੋਏ ਹਾਂ ਅਤੇ ਇੱਥੇ ਚਪਾਲ ਵੀ ਲੱਗੀ ਹੈ ਅਤੇ ਪਾਰਟੀ ਦੇ ਲੋਕਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ ਮੈਂ ਹਰ ਪਿੰਡ ਤੋਂ ਘੁੰਮੀ ਹਾਂ, ਹੁਣ ਕਾਫੀ ਬਹੁਤ ਹਾਲਾਤ ਖਰਾਬ ਹੈ। ਮੈਂ ਇੰਨਾ ਜ਼ਿਆਦਾ ਬਾਦਲ ਤੋਂ ਹਰ ਪਾਰਟੀ ਤੋਂ ਅਸੀਂ ਬਹੁਤ ਦੁਖੀ ਹੋਏ ਹਾਂ, ਤਾਂ ਹੀ ਇਸ ਪਾਰਟੀ 'ਚ ਅਸੀਂ ਆਏ ਹਾਂ। ਔਰ ਇਕੱਠ ਵੀ ਤਾਂ ਹੀ ਹੋਇਆ ਕਿ ਲੋਕਾਂ ਨੂੰ ਅਸੀਂ ਕੁਛ ਸਮਝਾ ਸਕੀਏ, ਉਹਨਾਂ ਨੂੰ ਦੱਸ ਸਕੀਏ। ਵੈਸੇ ਤਾਂ ਉਹ ਸਭ ਜਾਣਦੀ ਹੈ ਜਨਤਾ ਕਿ ਉਹਨਾਂ ਨਾਲ ਹੋਇਆ ਨਹੀਂ ਵੀ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਦਾ ਹੱਲ ਨਹੀਂ ਹੋ ਰਿਹਾ ਉਹਨਾਂ ਦਾ। ਇਸੇ ਕਰਕੇ ਇਹੀ ਉਹਨਾਂ ਨੂੰ ਕਹਿਣਾ ਚਾਹੁੰਦੀ ਸੀ ਕਿ ਸਾਡੀ ਪਾਰਟੀ ਅੰਬੇਦਕ ਰਾਈਟ ਪਾਰਟੀ ਆਫ ਇੰਡੀਆ ਹੈ, ਤੁਸੀਂ ਉਹਨਾਂ ਨੂੰ ਵੋਟ ਪਾਓ, ਵੋਟ ਦਾ ਬਟਨ ਦਬਾਓ, ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਓ। ਅੱਜ ਪਤਾ ਲੱਗਿਆ ਵੀ ਜਿਹੜੀਆਂ ਪਾਰਟੀਆਂ ਦੀ ਆਮ ਆਦਮੀ ਪਾਰਟੀ ਦਾ ਜਿਹੜਾ ਵਿਧਾਇਕ ਵੀ ਕਹਿੰਦੇ ਕਾਂਗਰਸ ਸ਼ਾਮਲ ਹੋ ਗਿਆ, ਇਹਦੇ ਬਾਰੇ ਕੋਈ ਗੱਲ ਕਹਿੰਦੇ? ਦੇਖੋ ਉਹਨਾਂ ਦਾ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਹੋ ਗਿਆ ਸੀ, ਸਾਡੇ ਮੇਰੇ ਸਾਹਮਣੇ ਹੀ ਹੋਇਆ ਜੋ ਹੋਇਆ, ਫਿਰ ਹਾਈਕੋਰਟ ਤੋਂ ਲੈ ਆਏ ਆਪਣਾ। ਚਲੋ ਠੀਕ ਆ, ਕੋਈ ਗੱਲ ਨਹੀਂ, ਹੋਇਆ ਤਾਂ ਉਹ ਵੀ ਖੜ੍ਹੇ ਆ। ਬਾਕੀ ਉਹਨਾਂ ਦੇ ਅਸੀਂ ਨਹੀਂ, ਅਸੀਂ ਤਾਂ ਉਹਨਾਂ ਦੀ ਸੋਚ ਨਾਲ ਅੜ ਰਹੇ ਹਾਂ, ਉਹਨਾਂ ਨਾਲ ਸਾਨੂੰ ਕੋਈ ਮਤਲਬ। ਹਾਂਜੀ, ਉਹਨਾਂ ਦੀ ਸੋਚ ਜੋ ਹੈ ਕੁਛ ਨਹੀਂ ਕਰਦੇ ਆਪਣੇ ਪੰਜਾਬ 'ਚ। ਅੱਛਾ, ਤੁਸੀਂ ਵੀ ਇਲਾਕੇ ਵੀ ਜਾ ਰਹੇ ਹੋ, ਕਿਸ ਤਰ੍ਹਾਂ ਲੱਗ ਰਿਹਾ ਇਲਾਕੇ 'ਚ? ਨਵੀਂ ਪਾਰਟੀ ਹੈ, ਲੋਕ ਬੜੇ ਇੰਟਰਸਟ ਨਾਲ ਗੱਲ ਸੁਣਦੇ ਨੇ, ਇੰਨਾ ਇੰਟਰਸਟ ਦਿਖਾਉਂਦੇ ਨੇ ਕਿ ਮੈਂ ਇਹਦੇ ਬਾਰੇ ਕੁਛ ਤੁਹਾਨੂੰ ਕਹੀ। ਬਹੁਤ ਧੰਨਵਾਦ ਜੀ। ਮੇਰੀ ਪਾਰਟੀ ਦਾ ਜਦੋਂ ਸਾਨੂੰ ਟਿਕਟ ਮਿਲਿਆ, ਜਿਹੜੇ ਪਿੰਡ ਅਸੀਂ ਗਏ ਹਾਂ, ਸਾਨੂੰ ਇਹਨਾਂ ਵਧੀਆ ਪੋਜ਼ੀਟਿਵ ਰਿਸਪੋਂਸ ਮਿਲਿਆ। ਪਹਿਲਾਂ ਮਤਲਬ ਇੰਨੇ ਨਿਰਾਸ਼ ਹੈ ਪਾਰਟੀਆਂ ਤੋਂ ਕਿ ਕੋਈ ਉਰੇ ਨਹੀਂ ਆਉਂਦਾ, 5 ਸਾਲ ਆਪਣੀ ਸ਼ਕਲ ਨਹੀਂ ਦਿਖਾਉਂਦੇ, ਵੋਟਾਂ ਲੈ ਜਾਂਦੇ ਆ ਉੱਥੇ ਦਿੱਲੀ ਏਸੀ ਰੂਮ 'ਚ ਬਹਿ ਜਾਂਦੇ ਆ ਜਾ ਕੇ। ਉਹਨਾਂ ਦੇ ਪਿੰਡ ਕਿਸੇ ਲੀਡਰ ਨੇ, ਕਿਸੇ ਕੈਂਡੀਡੇਟ ਨੇ, ਕਿਸੇ ਜਿਹੜਾ ਕਾਂਗਰਸ ਆ ਜਾਂਦੀ ਹੈ, ਕਦੇ ਅਕਾਲੀ ਆ ਜਾਂਦੇ ਆ, ਕਦੇ BJP ਅਕਾਲੀ ਆ ਜਾਂਦੇ ਆ, ਬਸ ਇਹੀ ਆਉਂਦੇ, ਤੀਸਰਾ ਕੋਈ ਅਲਟਰਨੇਟ ਹੈ ਹੀ ਨਹੀਂ ਹੈ। ਇਸ ਚੀਜ਼ ਨੂੰ ਸੋਚਦੇ ਹੋਏ ਅਸੀਂ ਇਸ ਪਾਰਟੀ ਨਾਲ ਜੁੜੇ ਹਾਂ ਅਤੇ ਇਹ ਪਾਰਟੀ ਕੁਛ ਕਰਕੇ ਜਾਏਗੀ। ਲੋਕਾਂ ਦੀ ਜਿਹੜੀ ਸਮੱਸਿਆਵਾਂ, ਲੋਕਾਂ ਨੇ ਸਾਡੇ 'ਤੇ ਵਿਸ਼ਵਾਸ ਜਿਤਾਇਆ, ਜਿੱਥੇ ਤੱਕ ਅਸੀਂ ਘੁੰਮੇ ਅੱਜ ਤੱਕ, ਉਸ ਦਿਨ ਦੇ ਅੰਦਰ ਅਸੀਂ ਇਹ ਦੇਖਿਆ ਕਿ ਲੋਕ ਵਿਸ਼ਵਾਸ ਜਿਤਾ ਰਹੇ ਹਨ। ਉਹਨਾਂ ਨੂੰ ਕਿਸੇ ਨਵੇਂ ਚਿਹਰੇ ਦੀ ਲੋੜ ਹੈ, ਨਵੇਂ ਬੰਦੇ ਦੀ ਲੋੜ ਹੈ, ਨਵੀਂ ਪਾਰਟੀ ਦੀ ਲੋੜ ਹੈ, ਇਸ ਕਰਕੇ ਅਸੀਂ ਇਨੀਸ਼ੀਏਟਿਵ ਲਿਆ। ਸਰ ਤੁਸੀਂ ਕੀ ਕਹਿਣਾ? ਪਾਰਟੀ ਹੈ ਅਤੇ ਇਮਾਨਦਾਰ ਵਿਅਕਤੀ ਹੈ ਵਿਜੇ ਮਾਨਕਰ ਜੀ, ਜਿਨ੍ਹਾਂ ਦੀ ਸੋਚ ਨਾਲ ਅਸੀਂ ਜੁੜੇ ਹਾਂ। ਸਾਨੂੰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਜੁੜ ਕੇ। ਅਤੇ ਬਾਕੀ ਗੱਲ ਹੈ ਕਿ ਇਹ ਵੀ ਦੂਜੀਆਂ ਪਾਰਟੀਆਂ ਤੋਂ ਲੋਕ ਦੁਨੀਆ ਦੁਖੀ ਬਹੁਤ ਹੈ। ਅੱਜ ਸਾਡਾ ਪੰਜਾਬ ਦਾ ਯੂਥ ਬਾਹਰ ਨੂੰ ਕਿਉਂ ਭੱਜ ਰਿਹਾ? ਇਹਨਾਂ ਤੋਂ ਕਈ ਭੱਜ ਰਿਹਾ, ਨਾ ਇੱਥੇ ਕੋਈ ਜੋਬ, ਨਾ ਕੋਈ ਕਿਸੇ ਤਰ੍ਹਾਂ ਦਾ ਕਾਰੋਬਾਰ, ਸਾਰੇ ਕਾਰੋਬਾਰ ਠੱਪ ਹੋ ਚੁੱਕੇ ਨੇ। ਬਿਜ਼ਨਸਮੈਨ ਉਹ ਦੁਖੀ ਹੋਇਆ ਫਿਰਦਾ, ਅੱਜ ਕਿਸੇ ਦੇ ਮੂੰਹ 'ਤੇ ਚਿਹਰੇ 'ਤੇ ਰੌਣਕ ਹੈ ਨਹੀਂ। ਉਹਦਾ ਕਾਰਨ ਕੀ ਹੈ? ਇਹ ਜਿੰਨੀਆਂ ਵੀ ਪਾਰਟੀਆਂ ਨੇ ਇਹਨਾਂ ਨੇ ਆਪਣੀਆਂ ਦੁਕਾਨਦਾਰੀਆਂ ਬਣਾ ਦੀਆਂ, ਇਹ ਕੋਈ ਉਹ ਤਾਂ ਰਿਹਾ ਨਹੀਂ ਕੰਮ ਕਿਸੇ ਦਾ ਵੀ। ਕੋਈ ਇਹ ਲੀਡਰ ਹੈ, ਵਧੀਆ ਲੀਡਰ ਹੈ, ਇਮਾਨਦਾਰ ਲੀਡਰ ਹੈ, ਦੁਕਾਨਦਾਰੀਆਂ ਬਣਾ ਲਈਆਂ ਇਹਨਾਂ ਨੇ, ਹੋਰ ਇਸ ਤੋਂ ਵੱਧ ਕੀ ਗਾ ਸੀ ਕਹੀਏ? ਅਸੀਂ ਤਾਂ ਬਿਲਕੁਲ ਚੁੱਪ ਕਰਕੇ ਬੈਠ ਗਏ ਸੀ। ਵਿਜੇ ਮਾਨਕਰ ਜੀ ਸਾਹਿਬ ਆਏ, ਸਾਡੇ ਵਿੱਚ ਵਿਜੇ ਰਹਿਣਗੇ। ਹੁਣ ਤਾਂ ਸੰਪਰਕ ਕੀਤਾ ਜਾ ਰਿਹਾ ਕਿ ਸੰਪਰਕ ਕੀਤਾ, ਉਹ ਲੋਕਾਂ ਦੇ ਵਿੱਚ ਬੜੀ ਖੁਸ਼ੀ ਲੈ ਜਾ ਕੇ ਪਾਰਟੀ ਖੜ੍ਹੀ ਹੋਈ ਆ, ਅੰਬੇਦਕਰ ਪਾਰਟੀ ਆਫ ਇੰਡੀਆ ਜਿਹੜੀ ਆ, ਵਧੀਆ ਪਾਰਟੀ ਖੜ੍ਹੀ ਹੋਈ ਆ, ਇਮਾਨਦਾਰ ਪਾਰਟੀ ਆ। ਉਹ ਲੋਕਾਂ ਨੇ ਸੋਚਿਆ ਕਿ ਜਦੋਂ ਵੀ ਕੋਈ ਪਾਰਟੀ ਨਵੀਂ ਬਣਦੀ ਆ, ਕਮ ਸੇ 5-10 ਸਾਲ ਚੰਗਾ ਕੰਮ ਕਰੇਗੀ, ਕਰੇਗੀ ਉਹ। ਤੁਸੀਂ ਸਭ ਜਾਣਦੇ ਹੋ ਜੋ 10 ਸਾਲ ਅਕਾਲੀ ਨੇ ਕੰਮ ਕੀਤਾ, ਜੋ ਹੁਣ ਕਾਂਗਰਸ ਕਰ ਰਹੀ ਆ, ਕੋਈ ਵਰਗ ਵੀ ਉਹਨਾਂ 'ਤੇ ਖੁਸ਼ ਨਹੀਂ ਹੈ। ਜਿੱਥੇ ਜਿੱਥੇ ਮੈਂ ਟੈਲੀਫੋਨ 'ਤੇ ਆਪ ਗਿਆ, ਉਹਨਾਂ ਲੋਕਾਂ ਨੇ ਬਹੁਤ ਵਧੀਆ ਰਿਸਪੋਂਸ ਆਉਂਦੀ ਕਿਹਾ, ਡਟ ਜਾਓ, ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਸਾਥ ਆ, ਅਸੀਂ ਪਾਰਟੀ ਦੇ ਨਾਲ, ਅਸੀਂ ਬਹੁਤ ਖੁਸ਼ ਹਾਂ, ਤੁਹਾਨੂੰ ਚੇਤਾਵਾਂ ਮੰਗਿਆ ਸੀ।